ਹੋ ਡਰਦੇ ਹਾਂ ਕਿਤੇ ਛੱਡ ਨਾ ਜਾਵੀਂ, ਮੁੜ ਕੇ ਜੀ ਨੀ ਲੱਗਣਾ ਵੇ ਤਾਈਓ ਤਾਂ ਤੇਰੀ ਹਰ ਗੱਲ ਮੰਨਣੀ ਪੈਂਦੀ ਐ ਸੱਜਣਾ ਵੇ ਤਾਈਓ। ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤਾਂ ਭਾਨਾ ਜੀ ਮੈਨੂੰ ਕਹਿੰਦੇ ਤੇਰੀ ਫੋਟੋ, ਮੈਂ ਕਿਹਾ ਹਾਂ ਹਾਂ ਭੇਜਦੀ ਆ, ਐਨ ਐਂਡ ਤੱਕ ਕਹਿੰਦੇ ਤੂੰ ਫੋਟੋ ਭੇਜਣੀ, ਮੈਂ ਆਪਣੇ ਘਰ ਦਾ ਮੇਲਾ ਵੀ ਕੀ ਭੇਜਾ। ਹੁਣ ਤੁਸੀਂ ਰੀਸੈਂਟ ਘੁੰਮ ਕੇ ਆਏ ਹੋ ਗੋਆ, ਕਿਵੇਂ ਦਾ ਰਿਹਾ ਐਕਸਪੀਰੀਅੰਸ, ਔਨ ਕੈਮਰਾ ਦੱਸੋ। ਸੋ ਇਹ ਉਸ ਵੇਲੇ ਦਿਮਾਗ 'ਚ ਇਹੀ ਸੀਗਾ ਕਿ ਗੁੱਸੇ 'ਚ ਉਹਨਾਂ ਨੂੰ ਬਿਜ਼ੀ ਰੱਖਿਆ ਸੀਗਾ ਕਿ ਰੀਲਾਂ ਬਣਾਓ ਮੇਰੀਆਂ, ਮੈਂ ਤਾਂ ਬਾਈ ਹੁਣ ਲੈ ਕੇ ਆਇਓ ਤਾਂ ਰੀਲਾਂ ਬਣਾਓ। ਰੋਜ਼ ਰਾਤ ਨੂੰ ਬਹਿ ਜਾਣਾ ਤੇ ਸਾਰੇ ਕੰਮ ਮਿਲ ਕੇ ਨਾ ਬਈ ਇਹ ਪਾ ਕਰਨਾ, ਉਹਨੇ ਕਹਿਣਾ ਹਾਂ ਭੈਣੇ ਬਈ ਇਹ ਪਾ ਵੀ ਕਰਨਾ, ਸਾਰੀਆਂ ਸਲਾਹਾਂ ਕਰਕੇ ਜਦੋਂ ਸਵੇਰ ਦੇ 4 ਵਜੇ ਨੇ ਚਲੋ ਹੁਣ ਸੌਂਦੇ ਆ। ਸੋ ਸਲੈਨਾ ਸ਼ੈਲੀ ਮੇਰੇ ਨਾਲ ਇੱਥੇ ਮੌਜੂਦ ਨੇ, ਕਠਾਰ ਦੇ 27ਵੇਂ ਮੇਲੇ ਤੋਂ ਪਹੁੰਚੇ ਹੋਏ ਨੇ। ਸਲੈਨਾ ਕੀ ਹਾਲ ਚਾਲ? ਭੈਣ ਸਤਿ ਸ਼੍ਰੀ ਅਕਾਲ। ਸਾਰੇ ਸਤਿ ਸ਼੍ਰੀ ਅਕਾਲ ਸਲੀਨਾ ਵੱਲੋਂ, ਮੈਂ ਬਹੁਤ ਵਧੀਆ, ਤੁਸੀਂ ਦੱਸੋ? ਬਸ ਬਿਲਕੁਲ ਵਧੀਆ, ਐਂਡ ਇੱਥੇ ਅਕਸਰ ਮੁਲਾਕਾਤ ਆਪਣੀ ਹੋ ਹੀ ਜਾਂਦੀ ਹੈ ਕਠਾਰ ਦੇ ਮੇਲੇ ਤੇ, ਹੈ ਨਾ। 27ਵਾਂ ਮੇਲਾ, ਤੁਸੀਂ ਤਾਂ ਪਹਿਲਾਂ ਵੀ ਇੱਥੇ ਆ ਕੇ ਪਰਫੋਰਮ ਕਰਦੇ ਰਹੇ ਹੋ, ਹੈ ਨਾ, ਆਪਣੀ ਹਾਜ਼ਰੀ ਇੱਥੇ ਜਿਹੜੀ ਹੈ ਭਰਦੇ ਰਹੇ ਹੋ। ਸੋ ਇਹ ਕਠਾਰ ਦੀ ਵਾਈਬ ਕਿਵੇਂ ਦੀ ਆ ਜਦੋਂ ਇੱਥੇ ਪਹੁੰਚਦੇ ਹੋ? ਇੱਕ ਇੱਕ ਐਨਰਜੀ ਹੁੰਦੀ ਹੈ ਹਰ ਜਗ੍ਹਾ ਦੀ, ਹੈ ਨਾ, ਕਠਾਰ ਦੀ ਕਿੱਦਾਂ ਦੀ ਐਨਰਜੀ ਆ? ਮੈਂ ਸਭ ਤੋਂ ਪਹਿਲੀ ਵਾਰ ਆਈ ਸੀ 2015 'ਚ, ਹੈ ਨਾ, ਅਤੇ ਹੁਣ ਤਾਂ 2024 ਚੱਲ ਰਿਹਾ, ਕਿੰਨੇ ਸਾਲ ਹੋ ਗਏ ਮੈਨੂੰ ਆਉਂਦੀ ਨੂੰ। ਅਸੀਂ ਹੁਣੇ ਗੱਲ ਕਰੀ ਜਾਂਦੇ ਸੀ ਮੈਂ ਅਤੇ ਦੀਪਕ ਭੈਣ ਵੀ, ਕਹਿੰਦੇ ਤੂੰ ਇੱਥੇ ਘੱਟ ਗਾਉਂਦੀ ਆ ਵੀ, ਇੰਨਾ ਕਦੇ ਦੇਖਿਆ ਨਹੀਂ ਤੈਨੂੰ, ਹੈ ਨਾ। ਮੈਂ ਕਿਹਾ ਵੀ ਇਹ ਸਾਡੇ ਘਰ ਦਾ ਮੇਲਾ, ਇੱਥੇ ਇੱਕੋ ਇੱਕੇ ਮੇਲਾ ਜਿੱਥੇ ਆ ਕੇ ਆਰਾਮ ਨਾਲ ਤੁਸੀਂ ਬਹਿ ਸਕਦੇ ਅਤੇ ਕਲਾਕਾਰਾਂ ਨੂੰ ਸੁਣ ਸਕਦੇ ਹੋ, ਸੇਫਟੀ ਆ, ਇਹ ਸਾਡਾ ਘਰ ਆ ਕਠਾਰ। ਹੁਣ ਇੰਨੇ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ, ਹੈ ਨਾ, ਹੁਣ ਇੱਥੇ ਮੈਂ ਤਾਂ ਐਜ਼ ਅ ਸਿੰਗਰ ਆਉਂਦੀ ਨਹੀਂ ਹੈਗੀ, ਮੈਨੂੰ ਆਉਂਦਾ ਵੀ ਮੈਂ ਜਾਵਾਂ ਅਤੇ ਸਾਰਿਆਂ ਨੂੰ ਸੁਣ ਕੇ ਆਵਾਂ, ਯਾ ਬਹੁਤ ਸੋਹਣਾ। ਸੋ ਇੱਕ ਪਰ ਇਹ ਤਾਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਹਾਜ਼ਰੀ ਤਾਂ ਇੱਥੇ ਲੱਗਣੀ ਲੱਗਣੀ ਹੈ, ਹੈ ਨਾ, ਅਤੇ ਅੱਜ ਕੀ ਇੱਥੇ ਪਰਫੋਰਮ ਕਰਨ ਵਾਲੇ ਹੋ, ਕੀ ਲੋਕਾਂ ਅੱਗੇ ਆਪਣੀ ਜਿਹੜੀ ਹੈ ਗਾਣਾ ਤੁਸੀਂ ਗਾਉਣ ਵਾਲੇ ਹੋ? ਐਸਾ ਵੈਸੇ ਕੁਛ ਸੋਚਿਆ ਹੈ ਨਹੀਂ ਹਲੇ, ਅਤੇ ਈਵਨ ਜਦੋਂ ਹੁਣ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤਾਂ ਭਾਨਾ ਜੀ ਮੈਨੂੰ ਕਹਿੰਦੇ ਤੇਰੀ ਫੋਟੋ, ਮੈਂ ਕਿਹਾ ਹਾਂ ਹਾਂ ਭੇਜਦੀ ਹਾਂ, ਐਨ ਐਂਡ ਤੱਕ ਕਹਿੰਦੇ ਤੂੰ ਫੋਟੋ ਭੇਜਣੀ, ਮੈਂ ਆਪਣੇ ਘਰ ਦਾ ਮੇਲਾ ਮੈਂ ਕੀ ਭੇਜਾਂ, ਹਾਜ਼ਰੀ ਮੈਂ ਉਹ ਇੱਕ ਗਾਣੇ ਨਾਲ ਲਾਉਣੀ ਹੁੰਦੀ, ਮੈਂ ਕਿਹਾ ਮੈਂ ਸੁਣਨਾ ਆਉਣਾ ਹੁੰਦਾ, ਮੈਨੂੰ ਬਹਿ ਜਾਣ ਦਿਆ ਕਰੋ। ਮੈਂ ਚਾਹੂੰਗੀ 2 ਲਾਈਨਾਂ ਸਾਡੀ ਜਿਹੜੀ ਆਡੀਅੰਸ ਜਗਬਾਣੀ ਦੀ ਉਹ ਵੀ ਪਲੀਜ਼ ਸੁਣ। ਹੋ ਡਰਦੇ ਹਾਂ ਕਿਤੇ ਛੱਡ ਨਾ ਜਾਵੀਂ, ਮੁੜ ਕੇ ਜੀ ਨੀ ਲੱਗਣਾ ਵੇ ਤਾਈਓ ਤਾਂ ਤੇਰੀ ਹਰ ਗੱਲ ਮੰਨਣੀ ਪੈਂਦੀ ਐ ਸੱਜਣਾ ਵੇ ਤਾਈਓ ਤਾਂ ਤੇਰੀ ਹਰ ਗੱਲ ਮੰਨਣੀ ਹਏ ਪੈਂਦੀ ਐ ਸੱਜਣਾ। ਵੈਸੇ ਤਾਂ ਕਾਇਦੇ ਨਾਲ ਕਠਾਰ ਦੀ ਗੱਲਾਂ ਕਰਨੀਆਂ ਚਾਹੀਦੀਆਂ, ਬਟ ਹੁਣ ਆਪਾਂ ਮਿਲੇ ਹਾਂ, ਹੈ ਨਾ, ਜਿੱਥੇ 2 ਬੀਬੀਆਂ ਇਕੱਠੀਆਂ ਹੋ ਜਾਂਦੇ ਫਿਰ ਗੱਲਾਂ ਹੋਰ ਵੀ ਜਿਹੜੀਆਂ ਛਿੜ ਪੈਂਦੀਆਂ। ਹੁਣ ਤੁਸੀਂ ਰੀਸੈਂਟ ਘੁੰਮ ਕੇ ਆਏ ਹੋ ਗੋਆ, ਕਿਵੇਂ ਦਾ ਰਿਹਾ ਐਕਸਪੀਰੀਅੰਸ, ਔਨ ਕੈਮਰਾ ਦੱਸੋ। ਮੈਂ ਤੁਹਾਨੂੰ ਦੱਸ ਕੇ ਹਟੀ ਵੀ ਮੈਂ ਗਈ ਸੀ ਕਪਲਾਂ 'ਚ ਅਤੇ ਮੈਂ ਇਕੱਲੀ ਉੱਥੇ, ਸਿੰਗਲ ਬੰਦਾ ਫਸ ਗਿਆ, ਮੈਂ ਫਸ ਗਿਆ ਨਾ, ਅਸੀਂ ਮਤਲਬ ਸਾਡੇ 3-4 ਰੂਮ ਸੀਗੇ, ਉਹ ਸਾਰੇ ਕਪਲਸ, ਮੈਂ ਇਕੱਲੀ ਏਡੇ ਸਵੀਟ 'ਚ ਇਕੱਲੀ ਬੈਠੀ, ਮੈਂ ਉਹਨਾਂ ਨੂੰ ਗਾਲਾਂ ਹੀ ਕੱਢੀਆਂ ਨੇ, ਮੈਂ ਕਿਹਾ ਮੈਂ ਤਾਂ ਰੀਲਾਂ ਕੱਢਣ ਆਈ ਹਾਂ, ਇੰਜੋਏ ਤਾਂ ਤੁਸੀਂ ਕਰ ਰਹੇ ਹੋ, ਇੱਕ ਕਪਲ ਮੂਹਰੇ ਇੱਕ ਪਿੱਛੇ, ਮੈਨੂੰ ਕਹਿੰਦੇ ਕਹਿੰਦੇ ਤੂੰ ਵਿਚਾਰੇ ਤੂੰ ਸਾਡੇ ਤੂੰ ਸੇਵ ਹੈ ਇੱਥੇ, ਮੈਨੂੰ ਵੀ ਲਿਆ ਦਿਓ ਕੋਈ, ਜਿਹਦੇ ਨਾਲ ਮੈਂ ਘੁੰਮ ਸਕਾਂ। ਇਹ ਤਾਂ ਫਿਰ ਤੁਹਾਨੂੰ ਕਹਿਣਾ ਨੱਪ ਜਾਣ ਤੋਂ ਪਹਿਲੇ ਸੋਚਣਾ ਚਾਹੀਦਾ ਸੀ ਯਾਰ,
ਚਲੋ ਮੈਂ ਰੀਲਾਂ ਗੱਡੇ ਹੀ ਕੰਮ ਕਰਕੇ ਆਈ। ਰੀਲਾਂ ਅਸੀਂ ਤੁਹਾਡੀਆਂ ਵੇਖੀਆਂ, ਬਹੁਤ ਸੋਹਣੀਆਂ ਤੁਹਾਡੀਆਂ ਰੀਲਾਂ ਬਣੀਆਂ ਹੋਈਆਂ। ਥੈਂਕ ਯੂ ਥੈਂਕ ਯੂ। ਸੋ ਇਹ ਉਸ ਵੇਲੇ ਦਿਮਾਗ 'ਚ ਇਹੀ ਸੀਗਾ ਕਿ ਗੁੱਸੇ 'ਚ ਉਹਨਾਂ ਨੂੰ ਬਿਜ਼ੀ ਰੱਖਿਆ ਸੀਗਾ ਕਿ ਰੀਲਾਂ ਬਣਾਓ ਮੇਰੀਆਂ, ਮੈਂ ਤਾਂ ਬਾਈ ਹੁਣ ਲੈ ਕੇ ਆਇਓ ਤਾਂ ਰੀਲਾਂ ਬਣਾਓ। ਮੈਂ ਪਹਿਲਾਂ ਤਾਂ ਬਿਲਕੁਲ ਜਾਣ ਤੱਕ ਉਹਨਾਂ ਨੂੰ ਮੈਂ ਕਿਹਾ ਮੈਂ ਨਹੀਂ ਜਾਣਾ। ਮੈਂ ਪਹਿਲਾਂ ਵੀ 3-4 ਟ੍ਰਿਪ ਕੈਂਸਲ ਕੀਤੇ ਉਹਨਾਂ ਦੇ, ਮੇਰੇ ਭਾਬੀ ਦਾ ਬਰਥਡੇ ਸੀਗਾ ਅਤੇ ਅਸੀਂ ਬੈਸਟ ਫਰੈਂਡਸ ਹਾਂ ਦੋਵੇਂ। ਉਹ ਮੈਨੂੰ ਕਹਿੰਦੇ ਤੂੰ ਨਹੀਂ ਗਈ ਫਿਰ ਅਸੀਂ ਟ੍ਰਿਪ ਹੀ ਕੈਂਸਲ ਕਰ ਦੇਣਾ, ਐਂਡ ਮੌਕੇ ਤੋਂ ਟਿਕਟ ਕਰਾ ਤੀ ਲੈ ਗਏ। ਮੈਂ ਕਿਹਾ ਹੁਣ ਸ਼ਰਤ ਫਿਰ ਇੱਕੋ ਹੀ ਆ ਵੀ ਕੈਮਰੇ ਤੋਂ ਫੜ ਲਈ ਅਤੇ ਆਪਾਂ ਰੀਲਾਂ ਕੱਢ ਕੇ ਆਉਣੀਆਂ ਨੇ। ਫਨ ਹੋਇਆ ਵੈਸੇ ਥੋੜਾ ਬਹੁਤ। ਹਾਂ ਸਿੰਗਲ ਬੰਦੇ ਵੱਧ ਫਨ ਹੁੰਦਾ, ਜਿੱਥੇ ਮਰਜ਼ੀ ਦੇਖੋ ਜੋ ਮਰਜ਼ੀ ਕਰੋ। ਉਹ ਤਾਂ ਨਹੀਂ ਦੇਣਾ, ਕੁੜੀਆਂ ਹੀ ਪੈਂਦੀਆਂ ਹੁੰਦੀਆਂ, ਇੱਧਰ ਦੇਖ ਕੇ ਉੱਧਰ ਨਹੀਂ ਦੇਖਣਾ। ਸੋ ਹੁਣ ਇਹ ਤਾਂ ਚਲੋ ਤੁਸੀਂ ਗਏ ਆਪਣੇ ਕਪਲ ਗੈਂਗਸ ਨਾਲ, ਬਟ ਉੱਦਾਂ ਕੋਈ ਹੈਗਾ ਪਲਾਨ ਕਿ ਹਾਂ ਸਾਲ ਦਾ ਐਂਡ ਆ ਰਿਹਾ ਹੈ ਨਾ, ਬਹੁਤ ਸਾਰੇ ਬੰਦੇ ਪਲਾਨ ਕਰਦੇ ਹੁੰਦੇ ਟੂਰ ਕੀ ਯਾਰ ਆਪਾਂ ਇੱਥੇ ਘੁੰਮਾਂਗੇ ਨਿਊ ਈਅਰ 'ਤੇ ਜਾਂ ਇੱਧਰ ਜਾਵਾਂਗੇ, ਕੋਈ ਹੈ ਪਲਾਨ ਇਹੋ ਜਿਹੇ? ਫਿਲਹਾਲ ਹੈ ਨਹੀਂ, ਕਿਉਂਕਿ ਅਸੀਂ ਜਦੋਂ ਪਲਾਨ ਕਰਦੇ ਹਾਂ ਨਾ ਉਹ ਪੂਰੀ ਨਹੀਂ ਚੜਦਾ। ਤੁਹਾਡੇ ਨਾਲ ਵੀ ਐਵੇਂ ਹੁੰਦਾ? ਸਾਡੇ ਨਾਲ ਵੀ ਹੁੰਦਾ। ਹੁਣ ਇਹ ਹੁੰਦਾ ਵੀ ਐਨ ਮੌਕੇ 'ਤੇ ਪਲਾਨ ਕਰੋ ਵੀ ਠੀਕ ਆ ਆਪਾਂ ਜਾਣਾ, ਆਹ ਵੀਕਐਂਡ 'ਤੇ ਚੱਲਦੇ ਹਾਂ, ਟਿਕਟਾਂ ਕਰਾ ਦਿਓ। ਹੋਪਫੁਲੀ ਉਮੀਦ ਆ ਵੀ ਅਸੀਂ ਦੁਬਈ ਜਾ ਕੇ ਆਉਣਾ ਦੁਬਾਰਾ। ਲੱਛੀ ਪਲਾਨ ਨਹੀਂ ਕਰਨਾ। ਪਰ ਇਹ ਵੀ ਕਹਿੰਦੇ ਰਾਤ ਦੀਆਂ ਗੱਲਾਂ ਕਹੀਆਂ ਨਾ, ਪਲਾਨ ਕੀਤੇ ਉਹ ਨਹੀਂ ਸਿਰੇ ਚੜ੍ਹਦੇ, ਤਾਂ ਆਪਾਂ ਆਹ ਸ਼ਾਮ ਪੈ ਗਈ ਆਪਾਂ ਸ਼ਾਮ ਨੂੰ ਕੁਛ ਨਹੀਂ ਕਹਾਂਗੇ। ਸਾਡੀ ਆਦਤ ਆ ਵੀ ਅਸੀਂ ਰੋਜ਼ ਰਾਤ ਨੂੰ ਬਹਿ ਜਾਣਾ ਤੇ ਸਾਰੇ ਕੰਮ ਨਿਬੇੜ ਕੇ ਨਾ ਬਈ ਆਪਾਂ ਆ ਕਰਨਾ, ਉਹਨੇ ਕਹਿਣਾ ਹਾਂ ਭੈਣੇ ਬਈ ਆਪਾਂ ਵੀ ਕਰਨਾ, ਤੇ ਸਾਰੀਆਂ ਸਲਾਹਾਂ ਕਰਕੇ ਜਦੋਂ ਸਵੇਰ ਦੇ 4 ਵਜੇ ਨੇ ਚਲੋ ਹੁਣ ਸੌਂਦੇ ਆ, ਅਗਲੇ ਦਿਨ ਫੇਰ ਉਹੀ ਟੌਪਿਕ ਸ਼ੁਰੂ ਹੋ ਜਾਂਦਾ। ਬਟ ਤੁਸੀਂ ਜ਼ਰੂਰ ਪਲਾਨ ਕਰੋ ਹੈ ਨਾ, ਕਿਉਂਕਿ ਮੈਨੂੰ ਲੱਗਦਾ ਜਿੰਨਾ ਬੰਦਾ ਕੰਮ 'ਚ ਬਿਜ਼ੀ ਹੁੰਦਾ ਨਾ ਉਹਨਾਂ ਘੁੰਮਣਾ ਫਿਰਨਾ ਵੀ ਚਾਹੀਦਾ, ਕਿਉਂਕਿ ਆਪਾਂ ਕਰ ਕਿਸ ਚੀਜ਼ ਲਈ ਰਹੇ ਹਾਂ, ਆਪਣੀ ਲਾਈਫ ਹੈ ਨਾ ਵਧੀਆ ਸਪੈਂਡ ਕਰਨ ਦੇ ਲਈ। ਸੋ ਹੁਣ ਤੁਸੀਂ ਜਿੱਥੇ ਵੀ ਜਾਓਗੇ ਹੋਰ ਰੀਲਾਂ ਬਣਾ ਕੇ ਲਿਆਓ, ਕੰਟੈਂਟ ਜਿਹੜਾ ਇਕੱਠਾ ਕਰਕੇ ਲਿਆਓ, ਤਾਂ ਕਿ ਸਾਰੀ ਆਡੀਅੰਸ, ਜਿਵੇਂ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਆਪਾਂ ਤੁਹਾਡੀ ਰੀਲਾਂ ਹੀ ਵੇਖ ਰਹੇ ਸੀ, ਕਿਤੇ ਉਨੀ ਦੇਰ ਨੂੰ ਕਹਿੰਦੇ ਕਿ ਸਲੇਨਾ ਆਏ ਆ ਤੁਸੀਂ ਇੰਟਰਵਿਊ ਕਰਨੇ, ਮੈਂ ਕਿਹਾ ਹਾਂ ਆਪਾਂ ਜਾਂਦੇ ਹਾਂ। ਸੋ ਤੁਸੀਂ ਰੀਲਾਂ ਬਣਾ ਕੇ ਲਿਆਓ ਤਾਂ ਕਿ ਆਪਾਂ ਵੇਖਦੇ ਰਹੀਏ। ਥੈਂਕ ਯੂ ਸੋ ਮਚ ਸਲੇਨਾ, ਐਂਡ ਉਮੀਦ ਕਰਦੇ ਹਾਂ ਕਿ ਲੋਕ ਤੁਹਾਨੂੰ ਹਮੇਸ਼ਾ ਬਹੁਤ ਪਿਆਰ ਦਿੰਦੇ ਕਠਾਰ ਦੇ ਵਿੱਚ, ਹੈ ਨਾ। ਸੋ ਇਸ ਵਾਰ ਵੀ ਉਨਾ ਹੀ ਪਿਆਰ ਮਿਲੇ ਜਿੰਨਾ ਪਹਿਲਾਂ ਤੁਹਾਨੂੰ ਮਿਲਿਆ, ਦੁੱਗਣਾ ਮਿਲੇ ਉਸ। ਥੈਂਕ ਯੂ ਭੈਣੇ, ਥੈਂਕ ਯੂ ਸੋ ਮਚ, ਪੰਜਾਬ ਕੇਸਰੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਥੈਂਕ ਯੂ।